ਦੇਖੋ ਜੀ 50 ਰੁਪਏ ਦੇ ਵਿੱਚ ਬੱਚਿਆਂ ਦਾ ਪੂਰਾ ਸੂਟ ਮਿਲ ਜਾਣਗੇ ਜੀ। ਸਾਈਜ਼ ਜਿਹੜਾ ਮਰਜ਼ੀ ਲੈ ਲਿਓ, ਕਲਰ ਜਿਹੜਾ ਮਰਜ਼ੀ ਲੈ ਲਿਓ, ਸਿਰਫ 100 ਰੁਪਏ ਦਾਗਾ। ਕਈ ਵਾਰੀ ਵੀਡੀਓ ਫੇਕ ਵੀਡੀਓ ਹੋ ਜਾਂਦੀਆਂ ਜੀ, ਪੇਡ ਪ੍ਰੋਮੋਸ਼ਨ ਹੁੰਦੀ ਆ, ਪੈਸੇ ਦੇ ਕੇ ਪ੍ਰੋਮੋਸ਼ਨ ਕਰਾ ਲੈਂਦੇ ਨੇ। ਉੱਥੇ ਪਹੁੰਚੇ ਤੋਂ ਬਾਅਦ ਉਹ 100 ਰੁਪਏ ਵਾਲਾ ਤੁਹਾਨੂੰ ਲੋਰ ਨਹੀਂ ਮਿਲਦਾ, ਪਰ ਸਾਡੀ ਜਿਹੜੀ ਵੀਡੀਓ ਆ ਬਿਲਕੁਲ ਫ੍ਰੀ ਕਰਦੇ ਹੈਗੇ, ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ, ਪੇਡ ਪ੍ਰੋਮੋਸ਼ਨ ਨਹੀਂ ਕਰਦੇ, ਜੈਨੂਇਨ ਵੀਡੀਓ ਕਰਦੇ ਆ ਜੀ। ਅੱਜ ਲੈ ਕੇ ਆ ਗਏ ਜੀ ਤੁਹਾਨੂੰ ਮਾਨਸਾ ਦੇ ਵਿੱਚ ਬੱਚਿਆਂ ਦੇ ਸੂਟ ਆ ਜਿਹੜੇ ਮਿਲਣਗੇ 50 ਰੁਪਿਆਂ ਚ, ਤੇ ਲੇਡੀਜ਼ ਪਲਾਜੋ ਆ ਜਿਹੜਾ 250 ਰੁਪਏ ਚ, ਜੈਂਟਸ ਸ਼ਰਟ 200 ਰੁਪਏ ਚ, ਸ਼ਰਟ ਟੀ ਸ਼ਰਟ ਮਿਲਣੀਆਂ 150 ਰੁਪਏ ਚ। ਆ ਜਾਓ ਅੰਦਰ ਆ ਜਾਓ ਜੀ ਫਟਾਫਟ, ਤੁਹਾਨੂੰ ਸਾਰੀ ਵੀਡੀਓ, ਸਾਰਾ ਮਟੀਰੀਅਲ, ਕੀ ਰੇਟ ਆ, ਕਿਉਂ ਇੰਨਾ ਸਸਤਾ ਗਾ, ਤੇ ਘੱਟ ਰੇਟ ਹੋਣ ਦਾ ਕਾਰਨ ਕੀ ਹੈਗਾ, ਸਾਰੀ ਗੱਲਬਾਤ ਕਰਾਂਗੇ ਆਪਾਂ। ਸਿੰਘ ਗਾਰਮੈਂਟ ਮਾਨਸਾ ਖੜੇ ਆ, ਮਾਨਸਾ ਵਾਲਿਓ ਕਰ ਦਿਓ ਫਟਾਫਟ ਸ਼ੇਅਰ ਵੀਡੀਓ ਨੂੰ, ਆ ਜਾਓ ਜੀ ਅੰਦਰ ਚੱਲਦੇ ਆ ਆਪਾਂ। ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਆ ਮਾਈਕ ਲਾ ਲਓ ਫਟਾਫਟ ਪਹਿਲਾਂ ਤਾਂ। ਤੇ ਸਾਡੇ ਜਿਹੜੇ ਦਰਸ਼ਕ ਹੈਗੇ ਉਹ ਜੁੜ ਚੁੱਕੇ ਹੈਗੇ, ਮੈਂ ਤੁਹਾਨੂੰ ਲੈ ਆਇਆ ਅੰਦਰ। 250 ਰੁਪਏ ਦੇ ਵਿੱਚ ਲੇਡੀਜ਼ ਪਲਾਜੋ ਮਿਲਣਾ ਗਾ, ਤੇ ਮਿਲਣਾ ਵੀ ਇੰਨਾ ਕੁਆਂਟਿਟੀ ਦੇ ਵਿੱਚ, ਕੋਈ ਦਿੱਕਤ ਨਹੀਂ ਕਿ 5-10 ਪੀਸ ਇਹ ਨਹੀਂ ਹੈਗਾ ਕਿ ਜਿੰਨੇ ਮਰਜ਼ੀ ਹੋ ਜਾਣ। ਤੇ ਕਿੱਥੋਂ ਆਪਾਂ ਸਟਾਰਟ ਕਿੱਥੋਂ ਕਰੀਏ ਜੀ ਵਰਾਇਟੀ ਆਪਾਂ? ਚਲੋ ਜੈਂਟਸ ਕਰਨੀ ਹੈ ਲੇਡੀਜ਼? ਹਾਂਜੀ ਲੇਡੀਜ਼ ਕਰ ਲਓ, ਜਿੱਥੋਂ ਮਰਜ਼ੀ ਸਟਾਰਟ ਕਰਾ ਦਿਓ। ਆ ਜਿਹੜਾ ਬਾਹਰ ਚ ਲਿਖਿਆ ਹੋਇਆ ਗਾ, ਪਹਿਲਾਂ ਤਾਂ ਬੱਚਿਆਂ ਲਈ ਅੰਦਰ ਪਈ ਹੈਗੀ? ਨਹੀਂ ਬੱਚਿਆਂ ਲਈ, ਬੱਚਿਆਂ ਲਈ ਕਰਾ ਦਿਓ। 50 ਰੁਪਏ ਵਾਲਾ ਜਿਹੜਾ ਸ਼ੂਟ ਲਿਖਿਆ ਹੋਇਆ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ, ਤੇ ਨਾਲ ਨਾਲ ਇਹ ਵੀ ਗੱਲਬਾਤ ਕਰਾਂਗੇ ਆਪਾਂ ਵੀਰ ਨਾਲ ਕਿ ਇੰਨੇ ਘੱਟ ਰੇਟ ਕਿਉਂ ਨੇ, ਤੇ ਮਟੀਰੀਅਲ ਕਈ ਵਾਰੀ ਮਟੀਰੀਅਲ ਤਾਂ ਨਹੀਂ ਹਲਕਾ ਹੈਗਾ ਜਾਂ ਹੋਰ ਕੋਈ ਗੱਲਬਾਤ। 50 ਰੁਪਏ ਵਾਲਾ ਸੂਟ ਲਿਖਿਆ ਹੋਇਆ, ਇਹ ਨਹੀਂ ਹੈਗਾ ਇਕੱਲਾ ਲਿਖਿਆ, ਕਿਉਂਕਿ ਸਿੰਘ ਗਾਰਮੈਂਟ ਤੇ ਖੜੇ ਹੋ ਤੁਸੀਂ, ਮਿਲਣਾ ਗਾ। ਚਲੋ ਜੀ ਠੀਕ ਹੈ ਜੀ। ਫੈਬਰਿਕ ਇਹਦਾ ਕੱਪੜਾ ਜੀ, ਇਹ ਕਾਟਨ ਮਿਕਸ ਹੁੰਦਾ ਸਰ, ਕਾਟਨ ਮਿਕਸ ਹੈਗਾ। ਹਾਂਜੀ। ਅੱਛਾ ਇਹ ਪਜਾਮੀ ਵੀ ਨਾਲ ਮਿਲਣੀ ਹੈ ਜੀ? ਵਿੱਚੇ ਲੋਅਰ ਹੈ ਜੀ। ਅੱਛਾ ਲੋਅਰ ਵਿੱਚ ਹੀ, ਵਿੱਚੇ ਪਜਾਮੀ। ਆਹ ਦੇਖੋ ਜੀ 50 ਰੁਪਏ ਦੇ ਵਿੱਚ ਬੱਚਿਆਂ ਦਾ ਪੂਰਾ ਸੂਟ, ਤੇ 50 ਰੁਪਿਆਂ ਚ ਅੱਜ ਕੱਲ ਰੁਮਾਲ ਨਹੀਂ ਆਉਂਦਾ। ਇਹ ਨਹੀਂ ਹੈਗਾ ਕਿ ਵੀਡੀਓ ਚ ਕਹਿਤਾ ਮਿਲੂਗਾ, ਜਿਹੜੀ ਵੀਡੀਓ ਅਸੀਂ ਕਰਦੇ ਆ ਜੈਨੂਇਨ ਕਰਦੇ ਆ, ਕਿਉਂਕਿ ਕਿਸੇ ਤੋਂ ਕੋਈ ਵੀ ਪੈਸੇ ਨਹੀਂ ਲੈਂਦੇ, ਜੈਨੂਇਨ ਵੀਡੀਓ ਕਰਦੇ ਆ ਕਿ ਜਿਹੜੀ ਵੀ ਹੈਗੀ ਆ। 50 ਰੁਪਏ ਦੇ ਵਿੱਚ ਨਾਲ ਜਿਹੜੀ ਕਿ ਪਜਾਮੀ ਲੋਅਰ ਕਹਿ ਲਓ, ਤੇ ਨਾਲ ਜਿਹੜੀ ਸ਼ਰਟ ਮਿਲਣੀ ਹੀ ਮਿਲਣੀਆਂ। ਇਹ ਤਾਂ ਨਹੀਂ ਹੈਗਾ ਕਿ ਇਹ ਤੇ ਕੋਈ 10 ਪੀਸ 20 ਪੀਸ ਕੁਆਂਟਿਟੀ ਦੀ ਕੋਈ ਦਿੱਕਤ ਨਹੀਂ, ਲੋ ਭਾਵੇਂ 2 ਪੀਸ ਲੋ ਭਾਵੇਂ 3 ਪੀਸ ਲੋ, ਕੁਆਂਟਿਟੀ ਦੀ ਕੋਈ ਦਿੱਕਤ ਨਹੀਂ ਕਿ 10 ਪੀਸ 5 ਪੀਸ 1 ਪੀਸ ਜਿੰਨੇ ਮਰਜ਼ੀ ਲੈ ਲਓ, ਚਾਹੇ ਸਿੰਗਲ ਪੀਸ ਆ ਕੇ ਲੈ ਲਓ। ਸਿੰਘ ਗਾਰਮੈਂਟ ਤੇ ਖੜੇ ਆਪਾਂ ਮਾਨਸਾ ਦੇ ਵਿੱਚ, 50 ਰੁਪਿਆਂ ਚ ਬੱਚਿਆਂ ਦਾ ਸੂਟ ਮਿਲਣਾ ਜੀ, ਰੁਮਾਲ ਨਹੀਂ ਮਿਲਦਾ ਅੱਜ ਕੱਲ੍ਹ। ਤੇ ਔਰ ਇਦੋਂ ਬਾਅਦ ਜੀ ਸ਼ਰਟ ਆ ਜਿਹੜੀ ਆਪਣੇ ਕੋਲੇ, ਸ਼ਰਟ ਸਿਰਫ 200 ਰੁਪਏ ਦੀ ਹੈ ਠੀਕ ਹੈ ਜੀ। ਉਹ ਜਿਹੜੀ ਸ਼ਰਟ ਉਹ ਤੁਹਾਨੂੰ ਦਿਖਾ ਦਿੰਦੇ ਆ ਜੀ। ਹਾਂਜੀ ਖਾਸ ਗੱਲ ਇਹ ਹੈ ਜੀ, ਇਹ ਸ਼ਰਟ ਦੀ ਸ਼ਰਟ ਦਾ ਰੰਗ ਨਿਕਲ ਜੇ ਚੜ ਜੇ ਉਹਦੀ ਫੁੱਲ ਵਾਪਸੀ ਹੈ ਸਰ। ਨਹੀਂ 200 ਰੁਪਏ ਦੇ ਵਿੱਚ ਵੀ ਵਾਪਸੀ ਹੈਗੀ, ਓਨਲੀ 200 ਦੇ ਵਿੱਚ। ਆ ਦੇਖੋ ਜੀ ਕਮਾਲ ਹੈਗੀ ਕਿ 200 ਰੁਪਏ ਦੀ ਜਿਹੜੀ ਹੈਗੀ ਸ਼ਰਟ, ਤੇ ਇਹਦੇ ਚ ਸਾਈਜ਼ ਦੀ ਗੱਲ ਕਰੀਏ, ਸਾਰੇ ਸਾਈਜ਼ ਜਿੱਦਾਂ ਮਰਜ਼ੀ ਲੈ ਲਓ ਜੀ। ਅੱਛਾ ਜਿਹੜਾ ਮਰਜ਼ੀ ਤੇ 200 ਰੁਪਏ ਚ ਮਿਲਣਾ ਗਾ, 200 ਦੇ ਵਿੱਚ। 200 ਰੁਪਏ ਦੇ ਵਿੱਚ ਮਿਲਣਾ ਜੀ, ਕੱਪੜਾ ਕਿਹੜਾ ਇਹ ਜੀ? ਇਹ ਕਾਟਨ ਮਿਕਸ ਕੱਪੜਾ ਹੁੰਦਾ ਸਰ, ਕਾਟਨ ਕੱਪੜਾ ਤਾਂ ਮੈਂ ਦੇਖ ਰਿਹਾ ਕਿ ਕੱਪੜਾ ਵਾਸ਼ ਹੈ ਜਿਹੜਾ ਕਿ ਇਹਨੂੰ ਮਹਿਸੂਸ ਕਰ ਰਹੇ ਆ ਕਿ ਬਹੁਤ ਵਧੀਆ ਫੈਬਰਿਕ ਹੈਗਾ 200 ਰੁਪਏ ਚ, ਨਾਲ ਨਾਲ ਗਾਰੰਟੀ ਵੀ ਇੰਨੀ ਜ਼ਿਆਦਾ ਕਿ ਰੰਗ ਲੈ ਜੇ ਜਾਂ ਸ਼ਰਟ ਕਹਿੰਦੇ ਸੁੰਗੜ ਜੇ, ਹਾਂ ਫੁੱਲ ਵਾਸ਼ ਉੱਪਰ ਚੜ ਜੇ ਕਿ ਫੁੱਲ ਵਾਸ਼, ਕਿ ਇਹ ਨਹੀਂ ਹੈਗਾ ਕਿ ਰੰਗ ਨਿਕਲ ਜੂਗਾ, ਫੁੱਲ ਗਾਰੰਟੀ ਹੈਗੀ। 200 ਰੁਪਏ ਦੀ ਇਹ ਚ ਡਿਜ਼ਾਈਨ, ਹੋਰ ਦਿਖਾ ਦਿਓ ਜੀ ਰੰਗ ਇੱਕ ਦੋ। ਬਹੁਤ ਸਾਰੇ ਡਿਜ਼ਾਈਨ ਆ ਜੀ ਇਹਦੇ ਵਿੱਚ, ਠੀਕ ਹੈ ਜੀ। ਆ ਜਾਨੀ ਕਿ ਜਿੰਨੇ ਵੀ ਲੱਗੇ ਹੋਏ ਤੁਹਾਡੇ ਕੋਲ ਕਲੈਕਸ਼ਨ 200 ਰੁਪਏ ਚ ਹੈ, 200 ਰੁਪਏ ਦੇ ਵਿੱਚ ਆ ਜੀ, ਇਹ ਆ ਚੈੱਕ ਦੇ ਵਿੱਚ। ਆ ਤੁਸੀਂ ਦੇਖ ਸਕਦੇ ਹੋ ਕਿ ਵੈਰਾਈਟੀ ਆ ਜਿਹੜੀ ਬਹੁਤ ਜ਼ਿਆਦਾ ਪਈ ਹੈਗੀ, ਬਹੁਤ ਜ਼ਿਆਦਾ ਵੈਰਾਈਟੀ ਹੈਗੀ। ਇੱਕ ਹੋਰ ਵੱਡੀ ਗੱਲ ਹੈਗੀ ਕਿ ਪਰਿਵਾਰ ਦੇ ਬੱਚਿਆਂ ਦੇ, ਲੇਡੀਜ਼ ਹੋ ਗਏ, ਜੈਂਟਸ ਹੋ ਗਏ, ਬਜ਼ੁਰਗਾਂ ਦੇ, ਸਾਰਿਆਂ ਦੇ ਕੱਪੜੇ ਮਿਲਣਗੇ ਇੱਥੇ। ਤੁਹਾਨੂੰ ਇਹ ਨਹੀਂ ਹੈਗਾ ਕਿ ਇਕੱਲੇ ਬੱਚਿਆਂ ਦਾ ਜਾਂ ਲੇਡੀਜ਼ ਦਾ ਜਾਂ ਜੈਂਟਸ ਦਾ। ਤੇ ਆ ਦੇਖੋ ਤੁਸੀਂ ਵੈਰਾਈਟੀ ਦੇਖ ਲਓ, ਸਾਈਜ਼ ਸਾਰੇ ਲੱਗੇ ਹੋਏ ਨੇ, XL ਹੋ ਗਿਆ ਜੀ, L ਹੋ ਗਿਆ, XL ਦੇ ਡਬਲ XL ਦੇ ਲੱਗੇ ਹੋਏ, ਡਬਲ XL, ਸਾਰਿਆਂ ਦਾ ਰੇਟ 200 ਰੁਪਏ ਜੀ। ਹਾਂਜੀ ਸਾਰਿਆਂ ਦਾ, ਸਾਰਿਆਂ ਦਾ 200 ਰੁਪਇਆ, ਫੁੱਲ ਗਾਰੰਟੀ ਹੈਗੀ। ਕੱਪੜਾ ਸੁੰਗੜ ਜੇ ਜਾਂ ਰੰਗ ਨਿਕਲ ਜੇ, ਪੀਸ ਬਦਲ ਦੋਗੇ? ਬਦਲ ਦੇਵਾਂਗੇ ਜੀ, ਪੀਸ ਬਦਲ ਦੇਣਗੇ ਜੀ। ਮਾਨਸਾ ਦੇ ਵਿੱਚ ਤਾਂ ਸਾਰੇ ਜਾਣਦੇ ਹੀ ਨੇ, ਆਸੇ ਪਾਸੇ ਤੁਸੀਂ ਵੀਡੀਓ ਕਰ ਦਿਓ ਸ਼ੇਅਰ ਫਟਾਫਟ, ਕਿਉਂਕਿ ਹੁਣ ਤਿਉਹਾਰਾਂ ਇਹਦੇ ਵਿਆਹਾਂ ਦੇ ਪ੍ਰੋਗਰਾਮ ਨੇ, ਤੇ 200 ਰੁਪਏ ਦੀ ਜਿਹੜੀ ਸ਼ਰਟ ਹੈਗੀ ਸਟਾਰਟ ਹੋ ਜੂਗੀ। ਹੋ ਜੂਗੀ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਦਿਖਾ ਰਹੇ ਹੋ ਜੀ? 350 ਦੀ ਪੈਂਟ ਹੈ ਜਿਹੜੀ ਬਾਜ਼ਾਰ ਦੇ ਵਿੱਚ, ਇਹ ਲਾ ਲਓ ਜੀ 700 ਦੀ ਕਰੀਬ ਮਿਲਦੀ ਹੈ। ਹਾਂਜੀ ਸਾਡੇ ਕੋਲ ਇਹ ਲਾ ਲਓ ਵੀ 350 ਦੇ ਵਿੱਚ ਅਸੀਂ ਕੀ ਹੈ ਪ੍ਰੋਵਾਈਡ ਕਰਾ ਦਿੰਦੇ ਹਾਂ ਕਸਟਮਰ ਨੂੰ। ਨਹੀਂ ਇਹ 350 ਰੁਪਏ ਦੀ, 350 ਦੇ ਵਿੱਚ ਓਨਲੀ ਜੀ। ਇਹ ਕਾਟਨ ਮਿਕਸ ਕੱਪੜਾ ਹੁੰਦਾ ਸਰ, ਠੀਕ ਹੈ ਜੀ। ਹਾਂ ਆ ਦੇਖੋ ਜੀ, ਆ ਦੇਖੋ ਜੀ 350 ਰੁਪਏ ਦੀ ਜਿਹੜੀ ਕਿ ਪੈਂਟ, ਸਾਈਨੇਬਲ ਫਾਰਮਲ ਕਹਿ ਲਈਏ, ਫਾਰਮਲ ਜੀ, ਫਾਰਮਲ ਫਾਰਮਲ ਪੈਂਟ 350 ਰੁਪਏ ਦੀ, ਤੇ 200 ਰੁਪਏ ਦੀ ਸ਼ਰਟ, 550 ਰੁਪਏ ਦਾ ਸੈੱਟ, 500 ਦੀ ਕੰਪਲੀਟ ਪੈਂਟ, 550 ਰੁਪਏ ਜਿਹੜਾ ਆਪਣਾ ਸੈੱਟ ਤਿਆਰ ਹੋ ਜਾਣਾਗਾ। ਇਹ ਨਹੀਂ ਹੈਗਾ ਕਿ ਇਕੱਲਾ ਬੋਰਡ ਦੇ ਉੱਤੇ ਲਿਖ ਰੱਖਿਆਗਾ, ਇੱਥੇ ਪਹੁੰਚੋਗੇ ਤਾਂ ਮਿਲੂਗਾ, ਤੇ ਮਿਲੂਗਾ ਵੀ ਇੰਨੀ ਜ਼ਿਆਦਾ ਵੈਰਾਈਟੀ, ਇੰਨੇ ਜ਼ਿਆਦਾ ਕਲਰ, ਸਾਰੇ ਸਾਈਜ਼, ਸਾਰੀ ਵੈਰਾਈਟੀ, ਸਾਰੇ ਸਾਈਜ਼ ਮਿਲਣਗੇ। ਤੇ ਇੱਕ ਹੋਰ ਗੱਲ ਕਲੀਅਰ ਕਰ ਦਿਓ ਜੀ,
कि अपने कई दर्शक कहते रेट घट आ तो कपड़ा कहते खराब ना हो कारण की है कि तुम इन्ने घट रेट गल यही है जी पहली गल तो अभी जो मार्जिन रखे बहुत ज्यादा घट इसी करके रखे भी ज्यादा क्वानिटी माल बिक जाता है। ठीक है जी। दूजी गल है जेड़ा ये शॉप है ये साढ़े घर के विच है। ठीक है जी। तां करके सानू बाजार नालों खर्चा घट पैंदा है कोई खर्चा नहीं ना दे बराबर है जी। सब तो वड्डी गल ये है जी कि जेड़ा मार्जिन आ वो एक पेंट मगर 20 रुपए 30 रुपए मार्जिन रखा होया तां इन्ना सस्ता। दूजी गल फिक्स है की रेट फिक्स ने इहदा ये नहीं हैगा कि 700 मंग लिया 800 मंग लिया बाद चो 100 घटा लो 200 घटा लो है ना वो चीज नहीं हैगी। तीजी गल यह है कि वड्डी गल यह है कि इन्हां दी जिहड़ी दुकान हैगी वो घर दे विच आ कि कोई खर्चा नहीं 10,000 20,000 कोई खर्चा नहीं पै रहा। ते उस तो वड्डी गल के सारे जिहड़ा आप काम कर रहे ने कोई मुलाजम दे खर्चे नहीं कोई होर नहीं गा ते इसलिए रेट घटने क्वालिटी च मैटर नहीं करता कि क्वालिटी उही बाजार वाली जिहड़ी 700-800 रुपए की तुहानू पेंट मिलनी है ते इत्थे सिर्फ 350 रुपए की 350 सिर्फ 350 रुपए की जिहड़ी फॉर्मल कॉटन की पेंट मिलनी हैगी ते नाल नाल 200 रुपए की तुहानू शर्ट मिलनी है। ते हुण जिवें सर्दियां आउंदियां कि फुल बाजू टी शर्ट दिखा दिओ कि फुल बाजू च फुल बाजू जो साडे कोल हाफ बाजू पई है जी उह तां सिर्फ मान लो 100 रुपए दे विच है। ठीक है जी। हाफ बाजू गोल गले दी सिर्फ 100 रुपए दी साइज जिहड़ा मर्जी आके ले लो मर्जी आके ले लो। ठीक है जी। ते इस तों इलावा वड्डी फुल बाजू जिहड़ी टी शर्ट है ओह सिर्फ 150 रुपए दे विच है जी हैवी कपड़ा है। नहीं ये तो बहुत मोटा कपड़ा ही के सर्दियां च पाउण वाला ये भी 150 दा 150 दा जी। आ देखो ये बहुत मोटा कपड़ा हैगा वीडियो च ये नहीं पता कि तुहानू पता लग रहा कि नहीं लग रहा सर्दियां च पाउण वाला कपड़ा बहुत मोटा कपड़ा 150 रुपए दा सिर्फ 150 रुपए दी फुल बाजू आपां टी शर्ट कह दिए फुल बाजू हैगी सिर्फ 150 दी मिलण वाली है ते कपड़ा बहुत हैवी हैगा ते इहदी क्वांटिटी मिल जूगी जिन्ने जो मर्जी ले लो जी। ठीक है जी। रंग बहुत ज्यादा मिलण वाले आ वीडियो होण वाली आ बहुत लंबी लगातार देख लो लास्ट तक देख लो होर भी बहुत सारी वरायटी दिखावे बच्चों भी दिखावे बच्चों की थोड़ा दिखाती लेडीज भी दिखावे तो हम एक जीन की गल करिए जीन दिखा दो जीन पहले लोअर दिखा दी लोअर दिखा दो जी 100 रुपए सिर्फ ही 100 रुपए का। हाँ जी चको हर साइज 100 रुपए अवेलेबल मिलेगा जी। ठीक है जी। आ लो जी आ देखो जी सिर्फ 100 रुपए का जो लोअर आ साइज जो मर्जी लै लो ये फ्री साइज ही है जां साइज बड़े छोटे मिलते हैं हर साइज मिल जाएंगे जी साइज जेड़ा मर्जी ले लो कलर जेड़ा मर्जी ले लो सिर्फ 100 रुपए का गा कॉटन का कपड़ा जी। हाँ जी कॉटन कपड़ा गा मुलायम कपड़ा सर्दियों च पाने वाला कपड़ा सिर्फ 100 रुपए च कलर ऑप्शन बहुत ज्यादा क्वांटिटी की कोई कमी नहीं गी साइज सारे है ये नहीं है कि वीडियो एक दिखाता दो दिखाते हैं ना इतने आए तो मिलेगा कि जी दिखा दो जी जो मर्जी दिखा दो जी कले लोअर की वरायटी लगी हुई हैगी तो थले दिखा दो कले लोअर की वरायटी है घट्टो घट 300-400 पीस पिया होना ते बाकी स्टोर दे विच पिया के जिहड़ा डिस्प्ले कीता होया वह घट्टो घट 300-400 पीस कला लोअर आ। कई बारी वीडियो फेक वीडियो हो जांदियां जी पेड प्रमोशन हुंदी आ पैसे दे के प्रमोशन करा लैंदे ने उत्थे पहुंचे तो बाद वह 100 रुपए वाला तुहानू लोअर नहीं मिलदा पर साडी जिहड़ी वीडियो आ बिल्कुल फ्री करदे हैगे किसे तो कोई पैसा नहीं लैंदे पेड प्रमोशन नहीं करदे जेन्युइन वीडियो करदे आ जी। उस तो बाद जी अगे जी इस तो बाद जिहड़ा तुहानू 550 दी पेंट शर्ट दिखाई उह इदां दी हुंदी आ जी। ठीक है जी। आ देख लो माड़ा जिहा इस किस्म की हो जी आ देखो जी 550 रुपए च इस तरह का जिहड़ा कि सैट तैयार करके मिल जाना तुहानू फॉर्मल पेंट नाल शर्ट 550 रुपए च ये रेडी हो जू बिल्कुल रेडी हो जूगा तो डिजाइन इहदे च बहुत ज्यादा ने डिजाइना की कोई कमी नहीं ते नाल नाल ट्राई रूम हैगा गा कोई भी वीर आउंदा गा ट्राई करके देखे कोई दिक्कत नहीं 2-4-5-10 जिन्नियां भी पेंटा शर्टा पा के जिन्नी सैटिंग आउंदी हैगी जिहड़ी फिट आउंदी आ 550 रुपए च आके लै जावे मानसा सिंह गारमेंट ते खड़े हैं लोकेशन तुहानू पा दूंगा मैं नंबर उपर पाया होगा जे कॉल नहीं चक्की जाती तो वट्सअप के उत्ते हैलो आए करके तुसी कोई सवाल जवाब वो पुछ सकते हो है ना जी। सही है। उस तो बाद जी वरायटी तुसी देख सकते हो कि एक इस तो बाद असी तुहानू दिखाउण लगे जी आपां हां जी हां जी जीन दी पेंट दिखाने सर। ठीक है जी। ਜਿਹੜੀ ਜੀਨ ਦੀ ਪਿੰਡ ਦੀ ਕੀਮਤ ਹੈ ਉਹ ਸਿਰਫ ਆਪਣੇ ਕੋਲੇ 500 ਰੁਪਏ ਦੇ ਵਿੱਚ ਹੀ ਹੈ। ਅੱਛਾ ਇੱਕੋ ਹੀ ਰੇਟ ਹੋਊਗਾ ਇੱਕੋ ਰੇਟ ਹੀ 500 ਠੀਕ ਹੈ ਜੀ ਫਿਕਸ ਰੇਟ ਦਾ ਇਹੀ ਕਾਰਨ ਹੁੰਦਾ ਕਿ ਇਹ ਨਹੀਂ ਹੈਗਾ ਤੁਹਾਡੇ ਤੋਂ 1000 ਮੰਗ ਲਿਆ 1200 ਮੰਗ ਲਿਆ ਬਾਅਦ ਚੋਂ ਤੁਸੀਂ 100-100 ਘਟਾਈ ਜਾਣੋ ਇੱਕੋ ਹੀ ਰੇਟ ਦਾ ਹੋਊਗਾ
खास गल जो मर्जी लो 28, 32, 33, 36, 40 जो मर्जी ले लो 500 रुपया एक रेट आ जीन का एक रेट है जी। कपड़ा बहुत वधिया ਬਾਜ਼ਾਰ ਦੇ ਵਿੱਚ ਇਸੇ ਦੇ ਹੀ 1500, 1400, 1200 ਮੰਗਦੇ ਆ। ਉਦੋਂ ਬਾਅਦ ਜਿੱਥੇ ਕਿਤੇ ਤੁਸੀਂ ਖੜਦੇ ਹੋ ਖੜਾਇਆ ਜਾਂਦਾ, ਪਰ ਇੱਕੋ ਰੇਟ ਦੀ ਇੱਕੋ ਹੀ ਦੁਕਾਨ ਮਾਨਸਾ ਦੇ ਵਿੱਚ। ਮਾਨਸਾ ਦੇ ਵਿੱਚ ਸਾਰੇ ਜਾਣਦੇ ਨੇ, ਆਸੇ ਪਾਸੇ ਵੀ ਜਾਣਦੇ ਨੇ। ਜੇਕਰ ਤੁਸੀਂ ਨਹੀਂ ਜਾਣਦੇ ਤਾਂ ਵੀਡੀਓ ਨੂੰ ਕਰੋ ਸ਼ੇਅਰ, ਨਾਲ ਨਾਲ ਤੁਹਾਡੇ ਨਾਲ ਨਾਲ ਹੋਰਾਂ ਦਾ ਵੀ ਜਿਹੜਾ ਫਾਇਦਾ ਹੋ ਜੇ। ਤੇ ਵੀਡੀਓ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ, ਜਿਹੜੀ ਜੀਨ ਦੀ ਸਿਰਫ 500 ਰੁਪਏ ਦੀ ਹੈ ਜੀ। ਠੀਕ ਹੈ, ਖਾਸ ਗੱਲ ਇਹ ਹੈ ਜੀ, ਜੇ ਕਿਸੇ ਨੂੰ ਡਾਊਟ ਹੁੰਦਾ ਉਹ ਸਾਡਾ ਅੱਗੇ ਪਾਣੀ ਚੱਲਦਾ ਧੋ ਕੇ ਵਾਸ਼ ਕਰਕੇ ਵੀ ਦੇਖ ਸਕਦਾ ਹੈ। ਠੀਕ ਹੈ, ਇੱਥੇ ਹੀ ਚੈੱਕ ਕਰਾ ਦੇਵਾਂਗੇ। ਇਹ ਵੀ ਬਹੁਤ ਵੱਡੀ ਗੱਲਬਾਤ ਹੈ ਜੀ, ਕਿਸੇ ਨੂੰ ਕੋਈ ਡਾਊਟ ਆ ਕਿ 500 ਰੁਪਏ ਦੀ ਜੀਨ ਚ ਕਿ ਯਾਰ ਕਿਤੇ ਕੁਆਲਿਟੀ ਖਰਾਬ ਨਾ ਹੋਵੇ, ਘਰ ਦੇ ਵਿੱਚ ਦੁਕਾਨਾ ਪਾਣੀ ਖੁੱਲਾ ਪਿਆ ਅੰਦਰ, ਤੁਹਾਡੇ ਸਾਹਮਣੇ ਬਾਲਟੀ ਦੇ ਵਿੱਚ ਡਬੋ ਕੇ ਸਰਫ ਪਾ ਕੇ ਜਿਵੇਂ ਤੁਸੀਂ ਕਹੋਗੇ ਧੋ ਕੇ ਦਿਖਾ ਦੇਣਗੇ। ਇੰਨੀ ਜ਼ਿਆਦਾ ਗਾਰੰਟੀ ਲੈ ਰਹੇ ਨੇ ਕਿ ਉਹ ਵੀ ਸਿਰਫ 500 ਰੁਪਏ ਚ 500 ਰੁਪਏ ਚ ਹੀ ਮਿਲਣੀ ਆ। ਇਹ ਨਹੀਂ ਹੈਗਾ 1800, 900 ਮੰਗਿਆ ਤਾਂ ਘਟਾਉਂਦੇ ਰਹੋ, ਹਨਾ ਜੀ। ਵਰਾਇਟੀ ਆ ਜਿਹੜੀ ਅੰਦਰ ਬਹੁਤ ਜ਼ਿਆਦਾ ਪਈ ਆ। ਹੋ ਸਕਦਾ ਤੁਹਾਨੂੰ ਦੁਕਾਨ ਇਸ ਤਰ੍ਹਾਂ ਹੀ ਛੋਟੀ ਲੱਗ ਰਹੀ ਹੋਵੇ, ਪੂਰਾ ਘਰ ਆ ਜਿਹੜਾ ਆਪਾਂ ਕਹਿ ਵੀਰ ਨਾਲ ਪਹਿਲਾਂ ਹੀ ਗੱਲ ਹੋਈ ਹੈਗੀ ਕਿ ਘਰ ਦੇ ਵਿੱਚ ਹੀ ਕੰਮ ਕਰ ਰਹੇ ਨੇ, ਕੋਈ ਖਰਚਾ ਨਹੀਂ ਪੈਂਦਾ। ਤਾਂ ਕਰਕੇ ਇੱਕ ਲਿਮਿਟਡ ਜਿਹੜੇ ਕਿ ਆਪਦਾ ਮਾਰਜਨ ਆ ਉਹ ਲਿਮਿਟਡ ਰੱਖਿਆ ਹੋਇਆ। ਇਹ ਨਹੀਂ ਹੈਗਾ ਕਿ ਦੁੱਗਣੇ ਦੁੱਗਣੇ ਕਰਨੇ ਆ ਜਾਂ ਟ੍ਰਿਪਲ ਟ੍ਰਿਪਲ ਕਰਨੇ ਆ, ਹਨਾ, ਹਰੇਕ ਚੀਜ਼ ਮਗਰ। ਤੇ ਦੇਖੋ ਵਰਾਇਟੀ ਹਰ ਇੱਕ ਥਾਂ ਤੇ ਲੱਗੀ ਹੋਈ ਆ ਜੀ। ਇੱਕ ਸਾਡੇ ਕੋਲ ਲੋਰ ਹੈ, ਠੀਕ ਹੈ ਜੀ, ਠੀਕ ਹੈ। ਇਹ ਸਿਰਫ ਇਹ ਮੰਨ ਲਓ ਵੀ ਜਿਹੜੀ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ ਸਿਰਫ 250 ਰੁਪਏ ਦੇ ਵਿੱਚ, ਜਿੱਦੇ ਫੜ ਗਈ ਨਵਾਂ ਪੀਸ ਦੇ ਦਾਂਗੇ। ਅੱਛਾ, ਇੰਨੀ ਜ਼ਿਆਦਾ ਗਾਰੰਟੀ ਹੈਗੀ। ਆਹ ਦੇਖੋ ਜੀ, ਗਾਰੰਟੀਆਂ ਦੀ ਅਸੀਂ ਸਾਈ ਦੇ ਬਣਵਾਏ ਹੋਏ ਪੀਸ, ਠੀਕ ਹੈ ਜੀ, ਸਾਈ ਦੇ ਬਣਵਾਉਣੇ ਆ ਜੀ ਅਸੀਂ ਇਹਨਾਂ ਨੂੰ। ਅੱਛਾ ਜੀ, ਬਾਈ ਰਾਵੇ ਤੁਹਾਡਾ ਲੋਅਰ ਫੜ ਜੇ, ਠੀਕ ਹੈ ਜੀ, ਨਵਾਂ ਪੀਸ ਫੜ ਕੇ ਲੈ ਜਾਓ, ਵਿਚਾਲੋਂ ਫੜ ਜੇ, ਆ ਸਾਈਡ ਤੋਂ ਆ ਫੜ ਜੇ, ਠੀਕ ਹੈ ਨਾ, ਇਸੋ ਵਿਚਾਲੋਂ। ਅਸੀਂ ਇਸ ਤੱਕ ਵੀ ਕਹਿੰਦੇ ਆ ਕੋਈ ਜ਼ਿਆਦਾ ਜਾਣ ਵਾਲਾ ਬੰਦਾ ਹੈ ਐ ਖਿੱਚ ਕੇ ਫੜ ਦੇ, ਉਹਨੂੰ ਵੀ ਨਵਾਂ ਪੀਸ ਦੇ ਦਾਂਗੇ ਅਸੀਂ। ਆ ਦੇਖੋ ਜੀ, ਜੇਕਰ ਕੋਈ ਵੀਰ ਕਹਿੰਦੇ ਆ ਕਿ ਜੇ ਕੋਈ ਜ਼ਿਆਦਾ ਤਾਕਤ ਆ ਨਾ ਆ ਕੇ ਇਸ ਤਰ੍ਹਾਂ ਖਿੱਚ ਦਿਓ, ਪੀਸ ਫਟ ਗਿਆ ਨਵਾਂ ਲੈ ਲਿਓ, ਤੇ ਲੈ ਜਾਓ ਪਾਓ ਹੰਡਾਓ ਤੇ ਪੀਸ ਫਟ ਗਿਆ ਤੁਹਾਡਾ, ਬਦਲ ਕੇ ਨਵਾਂ ਲੈ ਜਾਓ। ਇੰਨੀ ਜ਼ਿਆਦਾ ਗਾਰੰਟੀ ਦੇ ਵਿੱਚ ਸਿਰਫ 250 ਰੁਪਏ ਦਾ ਪ੍ਰੋਵਾਈਡ ਕਰ ਰਹੇ ਆ। ਇਹ ਇਹਨਾਂ ਦਾ ਆਪਦਾ ਬਣਵਾਉਂਦੇ ਨੇ ਇੰਨੀ ਜ਼ਿਆਦਾ ਮਜ਼ਬੂਤੀ ਨਾਲ, ਤੇ ਕੱਪੜਾ ਇੰਨਾ ਜ਼ਿਆਦਾ ਵਧੀਆ ਲੈ ਕੇ 250 ਰੁਪਏ ਚ ਆਪਦਾ ਤਿਆਰ ਕਰਦੇ ਨੇ, ਤੇ ਇੰਨੀ ਜ਼ਿਆਦਾ ਗਾਰੰਟੀ ਤੇ ਰੇਟ ਤੁਸੀਂ ਦੇਖ ਹੀ ਸਕਦੇ ਹੋ ਨਾ ਕਿ ਰੇਟ ਕੇ ਦੱਸ ਦਿੱਤਾ ਕਿ ਸਿਰਫ 250 ਰੁਪਏ ਦਾ। ਜਿਹੜਾ ਵੀ ਬੰਦਾ ਆਉਂਦਾ ਇੱਥੇ ਚੈਲੰਜ ਕਰ ਲੈ, ਖਿੱਚ ਲੈ ਕਿ ਜੇ ਇਹ ਪਾੜ ਗਿਆ ਪੀਸ ਨਵਾਂ ਲੈ ਜੇ, ਤੇ ਹੰਡਾ ਵੀ ਲਵੇ। ਇਹ ਵੀ ਗੱਲ ਹੈਗੀ ਕਿ ਪਾ ਲਓ ਹੰਡਾ ਲਓ, ਤੇ ਜੇ ਉਸ ਤੋਂ ਬਾਅਦ ਵੀ ਪੀਸ ਫੜਦਾ ਕਿਸੇ ਪਾਸੇ ਉੱਤਰਦਾ ਤਾਂ ਬਦਲ ਕੇ ਨਵਾਂ ਲੈ ਜੇ। ਹਾਂ ਜੀ, ਸਿਉਣ ਤੋਂ ਫੜ ਜੇ, ਠੀਕ ਹੈ ਜੀ, ਸਿਉਣ ਤੋਂ। ਹਾਂ, ਆਪਾਂ ਨੂੰ ਜ਼ਿਆਦਾਤਰ ਤਾਂ ਇਹੀ ਹੁੰਦਾ ਕਿ ਸਿਉਣ ਤੋਂ ਫੜ ਜੇ, ਕਈ ਵਾਰੀ ਕੋਈ ਬੰਦਾ ਕਹਿੰਦਾ ਜੀ ਸਾਡਾ ਪੀਸ ਨਹੀਂ ਹੰਡਦਾ, ਠੀਕ ਹੈ ਜੀ, ਫੜ ਜਾਂਦਾ ਹੈ, ਹੋਰ ਚੱਲਦੇ ਨਹੀਂ ਹੈਗੇ। ਅਸੀਂ ਕਹਿੰਦੇ ਆ ਨਹੀਂ, ਸਾਡੇ ਨਾਲ ਖੁਦ ਨਾਲ ਬਹੁਤ ਵਾਰੀ ਹੁੰਦਾ ਹੈਗਾ ਕਿ ਸਿਉਣਾ ਦੁਬਾਰਾ ਦੁਬਾਰਾ ਮਰਵਾਉਣੀਆਂ ਪੈਂਦੀਆਂ। ਇਸ ਚੀਜ਼ ਨੂੰ ਲੈ ਕੇ ਗਾਰੰਟੀ ਆ ਕਿ ਜੇ ਇਸ ਲੋੜ ਦੀ ਕੋਈ ਵੀ ਸਿਉਣ ਉੱਧੜਦੀ ਆ, ਤੁਸੀਂ ਸਿਉਣ ਨਹੀਂ ਲਵਾਉਣੀ, 5 ਰੁਪਏ 10 ਰੁਪਏ ਦੇ ਕੇ ਸਿਉਣ ਨਹੀਂ ਲਵਾਉਣੀ, ਤੁਸੀਂ ਆ ਕੇ ਇੱਥੇ ਪੀਸ ਬਦਲ ਕੇ ਲੈ ਜਾਓ। 250 ਰੁਪਏ ਦਾ ਲੋੜ ਹੈਗਾ, ਜਿੰਨਾ ਮਰਜ਼ੀ ਖਿੱਚੀ ਚੱਲੋ, ਬਾਈ ਦਾ ਵੀ ਤੁਹਾਡੀ ਬਚਾਲੋ ਸਿਉਣ ਫੜ ਗਈ, ਠੀਕ ਹੈ, ਨਵਾਂ ਲੈ ਜਾਓ। ਆ ਬਸ ਸਿਉਣ ਫੜ ਗਈ, ਇੰਨੀ ਜ਼ਿਆਦਾ ਗਾਰੰਟੀ ਤਾਂ ਮੰਨ ਲਓ ਕਿ ਕਿਸੇ ਵੀ ਸਮਾਨ ਦੀ ਨਹੀਂ ਮਿਲਦੀ ਜੀ ਅੱਜ ਕੱਲ ਜਿਹੜੀ ਤੁਸੀਂ ਗਾਰੰਟੀ ਦੇ ਰਹੇ ਹੋ। ਇਹ ਅਸੀਂ ਆਪ ਬਣਾਉਣੇ ਆ ਜੀ, ਕਿਉਂ ਆ ਸਾਈਜ਼ ਦੇ ਆਪਣੇ ਭਰੋਸਾ ਗਾ ਉਹਦੇ ਪ੍ਰੋਡਕਟ ਦੇ ਉੱਤੇ, ਕਿਉਂਕਿ ਆਪ ਤਿਆਰ ਕਰ ਰਹੇ ਨੇ, ਸਾਈਜ਼ ਦੇ ਕੇ ਆਪ ਤਿਆਰ ਕਰਦੇ ਨੇ। ਆ ਜੀ ਅੰਦਰ ਲੈ ਚੱਲਦੇ, ਤੁਹਾਨੂੰ ਵੈਰਾਈਟੀ ਹੈ ਨਾ ਜਿਹੜੀ ਬਹੁਤ ਜ਼ਿਆਦਾ ਹੈਗੀ, ਬਹੁਤ ਜ਼ਿਆਦਾ ਵੈਰਾਈਟੀ ਹੋਣ ਵਾਲੀ ਆ। ਇਸ ਤੋਂ ਇਲਾਵਾ ਅਸੀਂ ਪੈਂਟ ਕੋਟ ਦਿੰਦੇ ਹਾਂ ਜੀ, ਸਿਰਫ 2500 ਰੁਪਏ ਦੇ ਪ੍ਰੋਵਾਈਡ ਕਰਾ ਦਿੰਦੇ ਆ। ਵਿਆਹ ਸ਼ਾਦੀਆਂ ਦਾ ਜਿਵੇਂ ਹੁਣ ਪ੍ਰੋਗਰਾਮ ਚੱਲ ਰਿਹਾ, ਪੈਂਟ ਕੋਟ ਤੋਂ ਲੈ, ਮੈਂ ਤੁਹਾਨੂੰ ਦੱਸਿਆ ਕਿ ਬੱਚਿਆਂ ਦੇ, ਜੈਂਟਸ ਦੇ, ਲੇਡੀਜ਼ ਦਾ ਹਰ ਇੱਕ ਸਮਾਨ ਮਿਲਣਾਗਾ। ਅੱਛਾ, ਪੈਂਟ ਕੋਟ ਆ ਗਿਆ ਜੀ, ਹਾਂਜੀ, ਠੀਕ ਹੈ ਜੀ। ਇਹਦੇ ਵਿੱਚ ਸਾਰੇ ਡਿਜ਼ਾਈਨ, ਸਾਰੇ ਸਾਈਜ਼ ਹੈਗੇ, ਸਾਰੇ ਡਿਜ਼ਾਈਨ ਸਭ ਕੁਝ ਦੇਵਾਂਗੇ, ਠੀਕ ਹੈ ਜੀ, ਕੋਈ ਗੱਲ ਨਹੀਂ। ਇਸ ਤਰ੍ਹਾਂ ਆ ਦੇਖੋ ਸਰ, ਆ ਜੀ, ਆ ਜੀ, ਠੀਕ ਹੈ ਜੀ। ਅੱਛਾ, ਆ ਬਲੇਜ਼ਰ ਆ ਸਰ, ਠੀਕ ਹੈ ਜੀ, ਆ ਜਾਕਟ ਆ ਜੀ, ਹਾਂਜੀ, ਤੇ ਆ ਜੀ ਪੈਂਟ ਹੈ, ਠੀਕ ਹੈ ਜੀ। ਤੇ ਰੇਟ 2500 ਰੁਪਿਆ ਜੀ, ਕਿੰਨਾ? 2500 ਰੁਪਏ ਦੇ ਵਿੱਚ ਆਹ ਕੀ ਕਰੀ ਜਾਂਦੇ ਹੋ ਤੁਸੀਂ, 2500 ਰੁਪਏ ਦੀ ਸਿਰਫ, ਓਨਲੀ 2500 ਰੁਪਿਆ ਜੀ, 2500 ਤੋਂ ਵੱਧ ਤਾਂ ਇਹਦੀ ਸਮਾਈ ਹੋਣੀ ਹੈਗੀ। ਆ ਵੇਖੋ, ਮੈਂ ਇੱਕ ਵਾਰੀ ਪਾ ਕੇ ਦਿਖਾਵਾਂ ਤੁਹਾਨੂੰ ਹਲਕਾ ਜਾ, ਕਿ ਹੋ ਸਕਦਾ ਸਾਈਜ਼ ਛੋਟਾ ਵੱਡਾ ਹੋਵੇ। 2500 ਰੁਪਏ ਦਾ ਪਲੱਸ ਤਾਂ ਇਹਦੀ ਉਹ ਹੈਗੀ ਸਮਾਈ ਹੈਗੀ, ਕਿ ਮੈਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ ਕਿ 2500 ਰੁਪਏ ਦੇ ਵਿੱਚ। ਆ ਦੇਖੋ ਜੀ ਤੁਸੀਂ, ਆ ਵੀ ਹੈਗੀ ਪੈਂਟ ਵੀ ਆ ਨਾਲ, ਹਨਾ, ਕਿ ਸਾਰੀ ਇਹ ਚ ਰੇਟ ਘੱਟ ਵੱਧ ਵੀ ਨੇ ਕਿ ਬਸ ਇੱਕੋ ਹੀ ਜਿਹਾ ਇੱਕੋ ਰੇਟ ਆ ਜੀ। ਅੱਛਾ, ਪੈਂਟ ਕੋਟ ਆ ਕੇ ਪਾ ਲਓ ਬਾ 2500 ਰੁਪਏ ਦੇ ਕੇ ਲੈ ਜੀ, 2500 ਦੇ ਵਿੱਚ ਹੀ। ਅੱਛਾ, ਜਿਹੜਾ ਮਰਜ਼ੀ ਡਿਜ਼ਾਈਨ ਪਸੰਦ ਕਰਕੇ ਲਾ ਕੇ ਪਾ ਲੇ। ਆ ਦੇਖੋ ਜੀ, ਪੈਂਟ ਕੋਟ ਲੱਗੇ ਹੋਏ ਨੇ, ਇੰਨੇ ਕਿ ਤਾਂ ਕਿਰਾਏ ਵਾਲਾ ਲੈ ਜਾਂਦਾ, ਮੈਨੂੰ ਲੱਗਦਾ ਤੁਸੀਂ ਕਿਰਾਏ ਤੇ ਲੈ ਕੇ ਆਓ। 2500 ਰੁਪਏ ਲਿਓ, ਘੱਟ ਵੱਧ ਨਹੀਂ। ਇਹ ਨਹੀਂ ਹੈਗਾ ਕਿ ਇੱਕ 2500 ਵਾਲਾ, ਇੱਕ 3500 ਵਾਲਾ, ਇੱਕ 4000 ਵਾਲਾ, ਇਸ ਤਰ੍ਹਾਂ ਨਹੀਂ। 2500 ਲਿਓ, ਜਿਹੜਾ ਮਰਜ਼ੀ ਪੈਂਟ ਕੋਟ ਪਾ ਕੇ ਲੈ ਜਾਓ।
कपड़े कोई कॉम्प्रोमाइज नहीं, कपड़ा उही है जिहड़ा बाजारां दे विच वधिया क्वालिटी दा बिकदा है। बस बेटा जी लिमिटेड जिहड़ी के मार्जिन दे नाल ते घर दे विच बैठ के जिहड़ा सेल कर रहे ने, तां करके खर्चा कोई नहीं पैंदा। लिमिटेड मार्जिन ते काम करना तां रेट जिहड़ा घट बिकदा। ते वीडियो ने हो जाना बहुत लंबी क्योंकि देखो कलैक्शन बहुत ज्यादा पई हैगी, लेडीज दी कलैक्शन बहुत ज्यादा, पर ओह आपां अगली वीडियो च लैके आवांगे। पांच चार दिनों दे विच विच ओदी वीडियो भी आपां पा दांगे। लेडीज दी कलैक्शन इहनां कोल इन्नी ज्यादा पई है, ब्याह शादियां वाली कलैक्शन इन्नी ज्यादा ते रेट इन्ने ज्यादा घट ने। जेंट्स ते बच्चियां लई तुहानूं दिखाती वैरायटी बहुत ज्यादा, तुसीं आ के इत्थे देखो। वीडियो जिहड़ी तुहाडे फायदे दी आ नाल नाल कर दो शेयर, तुहाडे फायदे दीआं वीडियो लैके आउंदे रहिंदे आ जी। इहो जिहीआं बहुत सारीआं होर वीडियो देखण लई चैनल नूं फॉलो कर लो। मिलदे आ जी अगली वीडियो च, बहुत बहुत धन्नवाद जी।